ਸੋ ਹੈਲੋ ਗਾਇਸ, ਸਾਰੇ ਮੇਰੇ ਵੀਰ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਅਤੇ ਅੱਜ ਹੈਗਾ ਆਪਣਾ ਡਿਲੀਵਰੀਆਂ ਦਾ ਤੀਜਾ ਦਿਨ, ਅਤੇ ਕੱਲ੍ਹ ਐਤਵਾਰ ਸੀਗਾ ਅਤੇ ਕੱਲ੍ਹ ਆਪਾਂ ਕੰਮ ਨਹੀਂ ਕੀਤਾ, ਤਾਂ ਇਸ ਕਰਕੇ ਆਪਾਂ ਸੋਮਵਾਰ ਤੋਂ ਕੰਮ ਸ਼ੁਰੂ ਕਰਦੇ ਹਾਂ। ਤਾਂ 8 ਵਜੇ ਤੋਂ ਲੈ ਗਿਆ ਆਪਣੀ 12 ਵਜੇ ਦੀ ਸ਼ਿਫਟ ਆ, 4 ਘੰਟੇ ਦੀ ਮਸੀਂ ਸ਼ਿਫਟ ਮਿਲੀ, ਕਿਉਂਕਿ ਮਤਲਬ ਕਿ ਇਸ ਹਫ਼ਤੇ ਮੇਰੇ ਕੋਲ ਸ਼ਿਫਟਾਂ ਨਹੀਂ ਹੈਗੀਆਂ। ਸੋ ਜਿਹੜੇ ਬੰਦੇ ਸ਼ਿਫਟਾਂ ਕੈਂਸਲ ਕਰਦੇ ਆ, ਠੀਕ ਆ, ਉਹ ਆਪਾਂ ਚੱਕ ਕੇ ਲਾਵਾਂਗੇ। ਅਤੇ ਅੱਜ ਸਵੇਰੇ ਆਪਾਂ ਨੂੰ 4 ਘੰਟੇ ਦੀ ਸ਼ਿਫਟ ਮਿਲੀ ਆ, ਤਾਂ ਹੁਣੀ 8 ਵੱਜ ਕੇ ਪਹਿਲਾ ਔਡਰ ਪਿਆ ਨੇ, ਅਤੇ ਆਪਾਂ ਪਹਿਲਾ ਔਡਰ ਚੱਕਣ ਜਾਣਾ ਹੈ। ਤਾਂ ਜਿਹੜੇ ਮੇਰੇ ਵੀਰ ਭਰਾ ਨਵੀਂ ਵੀਡੀਓ ਨੂੰ ਦੇਖ ਰਹੇ ਨੇ, ਉਹ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ, ਵੀਡੀਓ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ। ਅਤੇ ਆਪਾਂ ਇੱਦਾਂ ਹੀ ਸਾਈਪ੍ਰੈਸ ਦੇ ਰਿਲੇਟਿਡ ਵੀਡੀਓ ਪਾਉਂਦੇ ਰਹਿੰਦੇ, ਖਾਸ ਕਰ ਡਿਲੀਵਰੀਆਂ 'ਤੇ ਵੀਡੀਓ ਪਾਉਂਦੇ ਰਹਿੰਦੇ ਹਾਂ। ਤਾਂ ਚਲੋ ਆ ਜਾਓ, ਤੁਹਾਡਾ ਟਾਈਮ ਨਹੀਂ ਖਰਾਬ ਕਰਦੇ ਹੋਏ, ਠੀਕ ਆ, ਸਰੀਰ ਨੂੰ ਨਹੀਂ ਦੁੱਖ ਦਿੰਦੇ ਹੋਏ ਔਡਰ ਚੱਕਣ ਚੱਲਦੇ ਹਾਂ, ਆ ਜਾਓ। ਸਲੋ ਵੀ ਰੱਬ ਦਾ ਨਾਂ ਲੈ ਕੇ, ਤਾਂ ਆਪਾਂ ਇੱਥੋਂ ਇੱਕ ਔਡਰ ਚੱਕਣ ਆਏ ਹੀ, ਤਾਂ ਰੱਬ ਦਾ ਨਾਂ ਲੈ ਕੇ ਤਾਂ ਦੂਜਾ ਔਡਰ ਵੀ ਨਾਲ ਹੀ ਪੈ ਗਿਆ, ਤਾਂ ਉਹ ਵੀ ਚੱਕ ਲਿਆ ਆ। ਤਾਂ ਲੱਗ ਰਿਹਾ ਵੀ ਕੰਮ ਹੈਗਾ, ਤਾਂ ਹਾਲੇ ਆਪਾਂ ਫਿਲਹਾਲ ਪਹਿਲੀ ਵੀਡੀਓ ਇਸ ਤਰ੍ਹਾਂ ਕੁਛ ਨਹੀਂ ਲੈ ਸਕਦੇ, ਕਿਉਂਕਿ ਫਿਰ ਬਦਨਾਮੀ ਜਿਹੀ ਹੋ ਜਾਂਦੀ, ਕਦੀ ਕੰਮ ਘੱਟ ਜਾਂਦਾ, ਕਦੀ ਵੱਧ ਜਾਂਦਾ। ਤਾਂ ਹਾਲੇ ਇਕੱਠੇ 2 ਔਡਰ ਪੈ ਗਿਆ, ਤਾਂ ਜੇ ਇਕੱਠੇ 2 ਔਡਰ ਪੈਣ ਲੱਗ ਪੈਣੇ, ਤਾਂ ਇਹਦਾ ਮਤਲਬ ਕਿ ਕੰਮ ਜ਼ਿਆਦਾ ਆ, ਤਾਂ ਰਾਈਡਰ ਘੱਟ ਆ, ਜਾਂ ਰਾਈਡਰ ਵੀ ਵਧੀਆ ਤਾਂ ਕੰਮ ਉੱਦਾਂ ਜ਼ਿਆਦਾ, ਕਿਉਂਕਿ ਹੁਣ ਇੱਥੇ ਵੀ ਛੁੱਟੀਆਂ ਖਤਮ ਹੋ ਗਈਆਂ ਆ। ਤਾਂ ਸਵੇਰੇ ਹੁਣ ਟ੍ਰੈਫਿਕ ਹੋਣ ਲੱਗ ਪਿਆ, ਤਾਂ ਹੁਣੇ ਮੈਂ ਔਡਰ ਜਦੋਂ ਚੱਕਿਆ ਤਾਂ ਟ੍ਰੈਫਿਕ ਜਿਹਾ ਸੀਗਾ, ਮਤਲਬ ਕਿ ਕਾਫੀ ਟ੍ਰੈਫਿਕ ਸੀਗਾ। ਤਾਂ 2 ਔਡਰ ਚੱਕੇ ਨੇ, ਪਿੱਛੇ ਕੈਫੇ ਆ, ਪਾਰਕ ਦੇ ਵਿੱਚ ਕੈਫੇ ਬਣਾਇਆ ਹੋਇਆ ਇਹ, ਤਾਂ ਇਹ ਔਡਰ ਹੁਣ ਲੈ ਕੇ ਆਪਾਂ ਕਸਟਮਰ ਤੱਕ ਜਾਣਾ ਆ। ਤਾਂ ਮੈਂ ਵੀ ਅੱਜ ਐਂ ਵੀ ਕੁਛ ਵੀ ਨਹੀਂ ਖਾ ਗਏ, ਈਵਨ ਕਿ ਪਾਣੀ ਬਸ ਪੀਤਾ ਆ। ਤਾਂ ਇਹ ਵੀ ਕਿ ਲੰਬੇ ਪਏ ਮੈਂ ਸ਼ਿਫਟ, ਜਸਟ ਚੈੱਕ ਕਰ ਰਿਹਾ ਸੀ ਕੋਈ ਸ਼ਿਫਟ ਹੈਗੀ, ਤਾਂ ਸਡਨਲੀ ਸ਼ਿਫਟ ਮਿਲ ਗਈ, ਮੈਂ ਇੱਧਰ ਸੁੱਤਾ ਉੱਠ ਕੇ ਆ ਗਿਆ। ਤਾਂ ਤੁਹਾਨੂੰ ਮੂੰਹ ਤੋਂ ਲੱਗਦਾ ਹੋਣਾ ਕਿਵੇਂ ਸੁਸਤੀ ਜੇ ਪਈ ਆ, ਤਾਂ 12 ਵਜੇ ਜਦੋਂ ਸ਼ਿਫਟ ਖਤਮ ਹੋਊਗੀ ਉਦੋਂ ਜਾਵਾਂਗੇ ਘਰ, ਉਦੋਂ ਨਹਾ ਧੋ ਕੇ ਕੁਛ ਖਾਵਾਂ ਪੀਵਾਂ ਲਾਂਗੇ, ਫਿਲਹਾਲ ਜੇ ਕੋਈ ਮਾੜੀ ਮੋਟੀ ਭੁੱਖ ਲੱਗੇਗੀ ਤਾਂ ਇੱਥੋਂ ਕੁਛ ਲੈ ਕੇ ਖਾ ਲਾਂਗੇ, ਤਾਂ ਟਾਈਮ ਦੀ ਖਰਾਬੀ ਨਾ ਕਰਦੇ ਹੋਏ ਚਲੋ ਆ ਜਾਓ ਔਡਰ ਲੈ ਕੇ ਚੱਲਦੇ ਹਾਂ। ਲੋ ਵੀ ਮੇਰੇ ਦੋਸਤੋ, ਪਹਿਲਾਂ ਉਦੋਂ ਡਰੋਪ ਆਫ ਹੋ ਗਿਆ, ਅਤੇ ਹੁਣ ਹੀ ਜਾਣਾ ਆਪਾਂ ਦੂਜਾ ਔਡਰ ਡਿਲੀਵਰ ਕਰਨਾ, ਵੈਲਡਿੰਗ ਸੀਗੀ ਤਾਂ ਫਸਟ ਫਲੋਰ 'ਤੇ ਔਡਰ ਦੇਣਾ ਸੀਗਾ, ਤਾਂ ਔਡਰ ਆਪਣਾ ਡਿਲੀਵਰ ਹੋ ਗਿਆ, ਤਾਂ ਚਲੋ ਦੂਜਾ ਔਡਰ ਲੈ ਕੇ ਚੱਲਦੇ ਆਪਾਂ ਡਿਲੀਵਰ ਕਰਨ, ਆ ਜਾਓ। ਸੋ ਲੋ ਗਾਈਸ, ਦੂਜਾ ਔਡਰ ਵੀ ਆਪਾਂ ਡਿਲੀਵਰ ਕਰਤਾ, ਪੂਰੇ 8:30 ਵਜੇ ਡਿਲੀਵਰ ਹੋਇਆ। ਤਾਂ ਚੈੱਕ ਕਰੋ ਆਹ ਕਲਾਂਜੇ ਦੀ ਜਿਹੜੀ ਲੋਕੇਸ਼ਨ ਆ, ਠੀਕ ਆ, ਅਤੇ ਆਹ ਅਲਫਾ ਬੈਂਕ 'ਚ ਦੇਣਾ ਸੀਗਾ ਔਡਰ, ਅਤੇ ਤੁਸੀਂ ਵੀ ਆਹ ਲੋਕੇਸ਼ਨ ਯਾਦ ਯੂਦ ਕਰ ਲਓ, ਕਿਉਂਕਿ ਸਾਈਪ੍ਰੈਸ 'ਚ ਐਂ ਆ ਵੀ ਜੇ ਤੁਸੀਂ ਇੱਕ ਵਾਰੀ ਸੜਕ 'ਤੇ ਗਵਾਚ ਗਏ ਤਾਂ ਪੂਰਾ ਤੁਹਾਨੂੰ ਪੂਰਾ ਘੁੰਮ ਕੇ ਆਉਣਾ ਪੈਣਾ, ਨਵੇਂ ਬੰਦੇ ਨੂੰ ਬੜੀ ਡਿਲੀਵਰੀ 'ਚ ਦਿੱਕਤ ਆਉਂਦੀ ਆ। ਅਤੇ ਇੱਥੇ ਆਪਾਂ ਡਿਲੀਵਰੀ ਔਡਰ ਕੀਤਾ ਆ, ਰਿਸੈਪਸ਼ਨ 'ਤੇ ਕਰਤਾ, ਕਹਿੰਦੀ ਚੱਕ ਲੂੰਗਾ, ਕੋਈ ਔਫਿਸ ਆ, ਔਫਿਸ 'ਚੋਂ ਵੀ ਛੁੱਟੀਆਂ ਖਤਮ ਹੋ ਗਈਆਂ ਮੈਨੂੰ ਲੱਗਦਾ, ਤਾਂ ਔਫਿਸਾਂ 'ਤੇ ਔਡਰ ਪੈਣ ਲੱਗ ਪਏ ਆ। ਤਾਂ ਅਗਲਾ ਔਡਰ ਵੀ ਆਪਾਂ ਨੂੰ ਪੈ ਗਿਆ, ਕੰਮ ਵਧੀਆ ਠੀਕ ਆ ਅੱਜ, ਤਾਂ ਚਲੋ ਅਗਲਾ ਔਡਰ ਚੱਕਣ ਚੱਲਦੇ ਹਾਂ। ਅਤੇ ਆਲੇ ਦੁਆਲੇ ਚੈੱਕ ਕਰ ਲਓ ਤੁਸੀਂ ਮਾੜਾ ਜਿਹਾ ਕਿਵੇਂ ਠੀਕ ਲੱਗਾ ਤੁਹਾਨੂੰ। ਜਦੋਂ ਆਪਾਂ ਤੀਜਾ ਔਡਰ ਚੱਕਣ ਪਹੁੰਚੇ ਤਾਂ ਅਗਲੇ ਬਾਹਰ ਹੀ ਲੈ ਕੇ ਖੜ੍ਹੇ, ਅਗਲੇ ਬਾਹਰ ਐਂ ਫੜਾ ਤਾ ਵੀ ਬਾਈ ਤੌਰ ਜਾ ਲੈ ਕੇ। ਪਤਾ ਕਿ ਕਈ ਵਾਰ ਰੈਸਟੋਰੈਂਟ ਵਾਲੇ ਐਂ ਵੀ ਕਰਦੇ ਨੇ, ਵੀ ਕਾਹਲੀ ਕਰਦੇ ਨੇ ਵੀ ਔਡਰ ਲੈ ਕੇ ਤੌਰ ਜਾ, ਵੀ ਸਾਡਾ ਕਸਟਮਰ ਖਰਾਬ ਨਾ ਹੋਵੇ, ਜਿਹੜੇ ਰੈਗੂਲਰ ਕਸਟਮਰ ਹੁੰਦੇ ਆ। ਤਾਂ ਆਪਾਂ ਮਤਲਬ ਕਿ ਰੈਸਟੋਰੈਂਟ ਦੇ ਬਾਹਰ ਨਹੀਂ ਜ਼ਿਆਦਾ ਟਾਈਮ ਖੜ੍ਹਨਾ ਹੈਗਾ, ਜੇ ਆਪਾਂ ਖੜ੍ਹਨਾ ਵੀ ਆ ਤਾਂ ਔਡਰ ਚੱਕ ਲਿਆ ਅਤੇ ਤੁਸੀਂ ਰੈਸਟ ਭਾਲਦੇ ਆ, ਪਾਣੀ ਪੂਣੀ ਪੀਣ ਜੋ ਕੁਛ ਕਰਨਾ, ਰੈਸਟੋਰੈਂਟ ਤੋਂ ਥੋੜ੍ਹਾ ਜਿਹਾ ਦੂਰ ਹੋ ਕੇ ਖੜ੍ਹੋ, ਐਂ ਕਰਕੇ ਵੀ ਮਤਲਬ ਕਿ ਰੈਸਟੋਰੈਂਟ ਨੂੰ ਪਤਾ ਨਾ ਲੱਗੇ ਵੀ ਤੁਸੀਂ ਮਤਲਬ ਕਿ ਬਾਹਰ ਖੜ੍ਹੇ ਆ ਤਾਂ ਔਡਰ ਲੇਟ ਹੋ ਰਿਹਾ, ਕਿਉਂਕਿ ਕਈ ਵਾਰ ਫੂਡੀ ਨੂੰ ਕੰਪਲੇਂਟ ਪਾ ਦਿੰਦੇ ਨੇ ਵੀ ਤੁਹਾਡਾ ਰਾਈਡਰ ਨੂੰ ਅਸੀਂ ਔਡਰ ਫੜਾ ਤਾਂ ਲੈ ਕੇ ਨਹੀਂ ਗਿਆ, ਤਾਂ ਐਂ ਕਰ ਦਿੰਦੇ ਨੇ। ਤਾਂ ਆਪਾਂ ਨੂੰ ਵੀ ਐਂ ਫਟਾਫਟ ਔਡਰ ਫੜਾਇਆ, ਅਤੇ ਆਪਾਂ ਤਾਂ ਤੁਹਾਨੂੰ ਪਤਾ ਕੀ ਖੜ੍ਹਨਾ, ਆਪਾਂ ਚੱਕਿਆ ਔਡਰ, ਚੱਕ ਕੇ ਔਡਰ ਹੁਣੇ ਦਿੱਤਾ ਕਸਟਮਰ ਨੂੰ ਪਿਛਲੇ ਘਰੇ। ਤਾਂ ਹੁਣ ਆਪਾਂ ਨੂੰ ਪੈ ਚੁੱਕਾ ਜੀ 4ਥਾ ਔਡਰ, ਮਤਲਬ ਕਿ ਕੰਮ ਅੱਜ ਵਧੀਆ ਦਾ ਟਾਈਮ ਹੋ ਚੁੱਕਾ ਆ ਆਪਣੇ 8:48 ਹੋ ਚੁੱਕੇ ਆ। ਤਾਂ 20 ਘੰਟੇ 'ਚ ਤੁਹਾਨੂੰ ਪਤਾ ਕਈ ਵਾਰੀ ਆਪਾਂ 3 ਔਡਰ ਮਾਰੀ ਦੇ ਪਿਛਲੇ ਵੇਲੇ, ਤੋਂ ਦੇਖਿਓ ਮੈਂ 1 ਘੰਟੇ 3 ਔਡਰ ਬਾਅਦ 4ਥਾ ਔਡਰ ਪੈ ਚੁੱਕਾ ਆ 1 ਘੰਟੇ 'ਚ। ਤਾਂ ਇਹ ਦੇਣਾ ਵੀ ਮੇਰੀ ਫੇਵਰੇਟ ਲੋਕੇਸ਼ਨ 'ਤੇ ਗੋਮੀ 'ਚ, ਤਾਂ ਚਲੋ ਇਹ ਸੈਂਟਰ 'ਚੋਂ ਚੱਕਣਾ ਨਾ, ਇਹ ਸੈਂਟਰ 'ਚ ਆਪਾਂ ਹੁਣ ਔਡਰ ਚੱਕਣ ਚੱਲਦੇ ਹਾਂ, ਕੋਈ PI ਬੇਕਰੀ ਕਰਕੇ ਆ, ਤਾਂ ਉੱਥੋਂ ਚੱਕ ਕੇ ਅਤੇ ਆਪਾਂ ਗੋਮੀ 'ਚ ਦੇਣ ਚੱਲਦੇ ਹਾਂ। ਆ ਜਾਓ ਉਹ ਵੀ, ਆਪਾਂ ਪੂਰੇ 15 ਮਿੰਟਾਂ 'ਚ ਆ ਕੇ ਔਡਰ ਚੱਕ ਲਿਆ ਇੱਥੋਂ,
ਤਾਂ ਆਹ ਸੀਗੀ ਉਹ ਪੀ ਆਈ ਬੇਕਰੀ ਜਿੱਥੇ ਔਡਰ ਚੱਕਣਾ, ਛੋਟੀ ਜਿਹੀ ਬੇਕਰੀ ਆ ਤਾਂ ਦੇਖੋ ਨਾ ਛੋਟੇ ਛੋਟੇ ਜਿਹੇ ਕੰਮ ਬੜੇ ਚੱਲਦੇ ਨੇ, ਇੱਦਾਂ ਨਹੀਂ ਛੋਟੀ ਛੋਟੀਆਂ ਬੇਕਰੀਆਂ ਆਪਣੇ ਇੰਡੀਆ 'ਚ ਇੱਦਾਂ ਨਹੀਂ ਹੁੰਦਾ, ਤਾਂ ਚੈੱਕ ਕਰੋ ਵੀ ਕਸਟਮਰ ਨੇ ਕਹਿੰਦੇ ਟਿਪ ਕਿੰਨੀ ਬਣ ਜਾਂਦੀ, ਅਤੇ ਕਸਟਮਰ ਨੇ ਔਨਲਾਈਨ ਟਿਪ ਪਾਈ ਹੋਈ ਆ 2 ਯੂਰੋ, ਚੈੱਕ ਕਰੋ ਆਹ ਦੇਖੋ ਲਿਖਿਆ 2 ਯੂਰੋ, ਅਤੇ ਆਪਾਂ ਟਾਈਮ ਨੂੰ ਨਹੀਂ ਵੇਸਟ ਕਰਦੇ ਹੋਏ ਗੋਮੀ ਔਡਰ ਲੈ ਕੇ ਚੱਲਦੇ, ਅਤੇ ਤੁਹਾਨੂੰ ਮਿਲਦੇ ਗੋਮੀ ਜਾ ਕੇ ਆ ਜਾਓ। ਜਿਹੜਾ ਪੀ ਆਈ ਬੇਕਰੀ ਵਾਲਾ ਔਡਰ ਸੀ, ਚੌਥਾ ਔਡਰ ਇੱਥੇ ਡਿਲੀਵਰ ਕਰਤਾ ਆ, ਅਤੇ ਨਾਲ ਹੀ ਆਪਾਂ ਨੂੰ ਜਿਹੜੇ ਫੂਡੀ ਮਾਰਕੀਟ ਦਾ ਔਡਰ ਪੈ ਗਿਆ, ਅਤੇ ਇਹਦੇ ਵਿੱਚ ਸਮਾਨ ਘੱਟ ਹੀ ਹੋਵੇ, 20 ਆਈਟਮਾਂ ਨੇ, ਹੁਣ ਪਤਾ ਨਹੀਂ ਕਿੰਨੇ ਬੈਗ ਨੇ, ਪਰ ਐਂ ਆ ਵੀ ਚੱਕ ਕੇ ਬਾਹਰ ਹੀ ਦੇਣਾ, ਉਹਦੇ ਲਾਗੇ ਹੀ ਦੇਣਾ, ਤਾਂ ਉਹਦਾ ਭਾਵਾਂ ਤੌਰ ਕੇ ਔਡਰ ਦੇ ਦਿਉ, ਪਰ ਇਹ ਸੌਖਾ ਚੱਲ ਬਾਬੇ ਦਾ ਨਾਂ ਲੈ ਕੇ। ਬਟ ਜਿਹੜੀ 20 ਆਈਟਮਾਂ ਤਾਂ ਰੱਖਣੀਆਂ ਕਿੱਥੇ ਨੇ, ਟਰਾਲਾ ਹੀ ਸਮਝ ਲੈਂਦੇ ਨੇ ਨਿੱਕੀ ਜਿਹੀ ਸਕੂਟਰੀ ਨੂੰ, ਤਾਂ ਚਲੋ ਫੂਡੀ ਮਾਰਕੀਟ ਚੱਲਦੇ ਆ ਜਾਓ। ਲੋ ਗਾਈਸ, ਆਪਾਂ ਮਿਹਨਤ ਕਰਦੇ ਹੋਏ ਮਾੜੀ ਮੋਟੀ ਤਾਂ ਪਹੁੰਚ ਚੁੱਕੇ ਹਾਂ ਫੂਡੀ ਮਾਰਕੀਟ, ਤਾਂ ਫੂਡੀ ਮਾਰਕੀਟ ਚੱਲੇ ਆਪਣਾ ਔਡਰ ਰੈਡੀ ਨਹੀਂ ਹੈਗਾ, ਇੱਕ ਹੋਰ ਬੰਦੇ ਨੂੰ ਪਾਣੀ ਵਾਲੇ ਬੋਤਲਾਂ ਬਣਾ ਦਿੱਤੀਆਂ ਵੀ ਚੱਕਦਾ ਭਾਈ ਆਪਣੇ ਪਾਣੀ ਵਾਲੇ ਬੋਤਲਾਂ, ਅਤੇ ਉਹ ਵੀ ਬੰਦਾ ਭਾਈ ਚੱਕਣ ਲੱਗਾ ਆਪਣੀਆਂ ਪਾਣੀ ਵਾਲੀ ਬੋਤਲਾਂ, ਅਤੇ ਹਾਲੇ ਆਪਣਾ ਔਡਰ ਰੈਡੀ ਨਹੀਂ ਹੈਗਾ, ਤਾਂ ਹਾਲੇ ਆਪਾਂ ਜਾ ਕੇ ਘੰਟੀ ਨਹੀਂ ਵਜਾਉਣੀ, ਤੁਹਾਨੂੰ ਪਤਾ ਫੂਡੀ ਮਾਰਕੀਟ ਆ ਕੇ ਘੰਟੀ ਵਜਾਉਣੀ ਪੈਂਦੀ ਆ, ਅਤੇ ਤੁਹਾਨੂੂੰ ਇੱਕ ਹੋਰ ਗੱਲ ਦੱਸ ਦਈਏ ਵੀ ਜਦੋਂ ਵੀ ਤੁਸੀਂ ਇੱਥੇ ਡਰਾਈਵ ਕਰਨੀ ਸਾਈਪ੍ਰੈਸ 'ਚ, ਜਿੱਦਾਂ ਇੰਡੀਆ ਤੁਸੀਂ ਪਾਪਾ ਦੀਆਂ ਪਰੀਆਂ ਤੋਂ ਕੁੜੀਆਂ ਤੋਂ ਬਚ ਕੇ ਰਹਿੰਦੇ ਹਾਂ, ਸਾਈਪ੍ਰੈਸ ਵੀ ਤੁਹਾਨੂੰ ਕੁੜੀਆਂ ਇੱਥੇ ਜ਼ਿਆਦਾ ਗੱਡੀ ਚਲਾਉਂਦੀਆਂ ਨੇ, ਕੁੜੀਆਂ ਦੀ ਇੱਥੇ ਪਾਪੂਲੇਸ਼ਨ ਜ਼ਿਆਦਾ ਗੱਡੀ ਚਲਾਉਣ ਦੇ ਮਾਇਨੇ 'ਚ, ਕਿਉਂਕਿ ਮੁੰਡੇ ਜ਼ਿਆਦਾ ਘੱਟ ਹੀ ਗੱਡੀ ਗੁੱਡੀ ਚਲਾਉਂਦੇ ਨੇ, ਜ਼ਿਆਦਾਤਰ ਕੁੜੀਆਂ ਹੀ ਗੱਡੀ ਚਲਾਉਣ ਨੂੰ ਦੇਖਦੀਆਂ ਨੇ, ਜਾਂ ਬੁੱਢੀਆਂ, ਇਹਨਾਂ ਨੂੰ ਗੱਡੀ ਗੁੱਡੀ ਘੱਟ ਹੀ ਚਲਾਉਣੇ ਆਉਂਦੀਆਂ ਹੁੰਦੀਆਂ, ਅਤੇ ਕਿਸੇ ਦੇ ਵਿੱਚ ਵਿੱਚ ਮਾਰ ਦਿੰਦੀਆਂ ਨੇ, ਸੋ ਪਲੀਜ਼ ਉਹਨਾਂ ਤੋਂ 2 ਫੁੱਟ ਦੀ ਦੂਰੀ ਬਣਾ ਕੇ ਚਲਾਓ। ਆਪਣੇ ਪੰਜਾਬੀ ਮੁੰਡਿਆਂ ਦੇ ਬੜੇ ਇੱਦਾਂ ਦੇ ਐਕਸੀਡੈਂਟ ਹੁੰਦੇ ਆ, ਤਾਂ ਇਹ ਗੱਲ ਦਾ ਤੁਸੀਂ ਹਮੇਸ਼ਾ ਧਿਆਨ ਰੱਖਣਾ ਵੀ ਕੁੜੀਆਂ ਤੋਂ ਬਚਾ ਕੇ ਆਪਣੀ ਜੋ ਵੀ ਤੁਸੀਂ ਆਪਣਾ ਸਾਧਨ ਚਲਾਉਣਾ ਹੈ, ਕਿਉਂਕਿ ਉਹ ਦੇਖਦੇ ਨੇ ਮਾਰਨ ਮੂਰਨ ਲੱਗੀਆਂ ਕਿਸੇ 'ਚ। ਸੋ ਲੋ ਗਾਈਸ, ਔਡਰ ਤਾਂ 2 ਬੈਗ ਹੀ ਸੀਗੇ, ਆਹ ਲਿਖਿਆ 2 ਬੈਗ ਤਾਂ ਰੈਡੀ ਹੋ ਗਿਆ, ਤਾਂ ਬਚਾ ਹੋ ਗਿਆ, ਤਾਂ ਇੱਥੇ ਦੇਣਾ ਇਹ, ਮਤਲਬ ਕਿ ਇੱਥੇ ਜੇ ਇੱਕ ਬੇਕਰੀ ਆ ਉੱਥੇ ਦੇ ਡਿਲੀਵਰ ਕਰਨਾ ਆ, ਜਿਹੜੇ 3 ਬੇਕਰੀਜ਼ ਆ ਲਾਗੇ ਕਰਕੇ ਨੇ, ਤਾਂ ਉੱਥੇ ਔਡਰ ਦੇਣਾ, ਚੱਕ ਲਓ ਅਤੇ 800 ਮੀਟਰ ਦਾ ਰਸਤਾ ਤੁਰ ਕੇ ਦੇ ਆਉਣਾ ਸੀ, ਬਟ ਫਿਰ ਵੀ ਆਪਾਂ ਸਕੂਟਰੀ 'ਤੇ ਜਾਵਾਂਗੇ, ਆ ਜਾਓ। ਸੋ ਲੋ ਗਾਈਸ, ਪਹਿਲਾ ਔਡਰ ਜੋ ਫੂਡੀ ਮਾਰਕੀਟ 'ਚ ਚੱਕ ਲਿਆ, ਉਸ ਤੋਂ ਬਾਅਦ ਫਿਰ ਆਪਾਂ ਨੂੰ ਫੂਡੀ ਮਾਰਕੀਟ ਦਾ ਔਡਰ ਪੈ ਗਿਆ, ਤਾਂ ਆਪਾਂ ਚੱਕ ਲਿਆ, ਅਤੇ ਹੁਣ ਆਪਾਂ ਉਹ ਦੇਣ ਚੱਲੇ ਹਾਂ ਜੋ ਕਿ ਦੇਣਾ ਹੈਗਾ ਆ ਕੈਮਾਕਲੀ, ਠੀਕ ਆ, ਕੈਮਾਕਲੀ ਜਾਣਾ, ਅਤੇ ਉਹ ਲੋਕੇਸ਼ਨ ਆਪਾਂ ਨੂੰ ਉੱਦਾਂ ਹੀ ਪਸੰਦ ਜੀ ਨਹੀਂ ਹੈਗੀਆਂ, ਵਾਧੂ ਦੁਖੀ ਕਰਦੀਆਂ ਨੇ, ਕਿਉਂਕਿ ਉੱਧਰ ਲੈਟਾਂ ਲੁੱਟਾਂ ਜ਼ਿਆਦਾ ਨੇ, ਰੱਸ਼ ਰੁਸ਼ ਜ਼ਿਆਦਾ ਨੇ, ਅੱਜ ਤਾਂ ਉੱਦਾਂ ਹੀ ਟ੍ਰੈਫਿਕ ਬਹੁਤ ਆ, ਪਰ ਕੀ ਕਰੀਏ, ਲੈ ਕੇ ਜਾਣੇ ਪੈਂਦੇ ਨੇ, ਇਹਦੇ ਵਿੱਚ ਵੀ 2 ਬੈਗ ਨੇ ਫੂਡੀ ਮਾਰਕੀਟ 'ਚ ਔਡਰ ਜਿਹੜਾ ਚੱਕਿਆ ਆ, ਤਾਂ ਫੂਡੀ ਮਾਰਕੀਟ 'ਚ ਜਿਹੜੇ ਔਡਰ ਹੁੰਦੇ ਇਹਦੇ ਵਿੱਚ ਗਰੋਸਰੀ ਜ਼ਿਆਦਾ ਹੁੰਦੀ, ਜਿੱਦਾਂ ਕਿ ਜਿਹੜੇ ਬੰਦੇ ਕਿ ਬਿਜ਼ੀ ਨੇ ਸੁਪਰ ਮਾਰਕੀਟ ਜਾਂ ਮਾਰਕੀਟ ਜਾ ਕੇ ਨਹੀਂ ਸਮਾਨ ਲੈ ਕੇ ਜਾ ਸਕਦੇ, ਤਾਂ ਉਹ ਕੀ ਕਰਦੇ ਨੇ ਫੂਡੀ ਮਾਰਕੀਟ 'ਚ ਔਡਰ ਮੰਗਾ ਲੈਂਦੇ ਨੇ, ਠੀਕ ਆ, ਜਿੱਦਾਂ ਗਰੋਸਰੀ ਦਾ ਸਮਾਨ, ਰਾਸ਼ਨ, ਚੌਲ, ਤੇਲ, ਰੋਟੀ, ਇੱਦਾਂ ਦਾ ਸਮਾਨ, ਤਾਂ ਉਹ ਆਪਾਂ ਲੈ ਕੇ ਚੱਲੇ ਹਾਂ ਅੱਜ। ਸੋ ਚੈੱਕ ਕਰੋ ਗਾਈਸ, ਤਾਂ ਇੱਥੇ 88 ਨੰਬਰ ਘਰ 'ਚ ਮੈਂ ਔਡਰ ਲੈ ਕੇ ਆਇਆ ਸੀ, ਤਾਂ ਮੈਂ ਦੇਖਿਆ ਵੀ ਅੱਗੇ ਦੇਖੋ ਵੀ ਰਸਤਾ ਬਣਦਾ, ਅੱਗੇ ਸਿੱਧੇ ਤੁਰਕੀ ਦਾ ਬਾਰਡਰ ਸ਼ੁਰੂ ਹੋ ਜਾਂਦਾ, ਆਹ ਸਾਰੀਆਂ ਪਹਾੜੀਆਂ ਉੱਥੇ ਉਹ ਜਾਲੀਆਂ ਲੱਗੀਆਂ ਹੋਈਆਂ ਨੇ, ਤਾਂ ਇਸ ਕਰਕੇ ਆਪਾਂ ਅੱਗੇ ਨਹੀਂ ਜਾ ਸਕਦੇ ਹੈਗੇ, ਹੱਦ ਆ ਵੀ ਐਡੀ ਦੂਰ ਦੇਖੋ ਔਡਰ ਲੈ ਕੇ ਆਏ, ਕਿਉਂਕਿ ਕੈਮਾਕਲੀ 'ਚ ਜਿਹੜੇ ਵੀ ਆ ਉਹ ਤੁਰਕੀ ਦਾ ਬਾਰਡਰ ਲੱਗ ਜਾਂਦਾ, ਉੱਧਰਲੇ ਪਾਸੇ ਤੁਰਕੀ ਆ ਜਾਂਦੀ, ਤਾਂ ਚੈੱਕ ਕਰੋ ਆਹ ਪਾਰਕ ਆ, ਅਤੇ ਉੱਧਰ ਵੀ ਬਣਦਾ ਸਾਰਾ ਕੁਛ ਹੀ, ਤਾਂ ਇੱਥੇ ਵੀ ਬਣਦਾ, ਬਸ ਵੀ ਮਤਲਬ ਇੱਥੋਂ ਅੱਗੇ ਕੁਛ ਨਹੀਂ ਹੈਗਾ, ਤਾਂ ਇੱਥੇ ਇੱਦਾਂ ਵੀ ਇੱਥੇ ਔਡਰ ਵੀ ਨਹੀਂ ਪਿਆ ਕੋਈ, ਚੈੱਕ ਕਰੋ ਕੋਈ ਔਡਰ ਨਹੀਂ ਹੈਗਾ, ਮਤਲਬ ਕਿ ਇੱਦਾਂ ਦੀ ਇੱਥੇ ਲੋਕੇਸ਼ਨ ਆ, ਤਾਂ ਚਲੋ ਇੱਥੋਂ ਨਿਕਲੀਏ, ਪਹਿਲਾਂ ਕੋਈ ਗੋਲੀ ਚਲਾਵੇ ਆਪਣੇ, ਤਾਂ ਨਿਕਲੋ ਇੱਥੋਂ। ਇੱਥੋਂ ਆਪਾਂ ਚੱਕਣਾ ਸੀਗਾ ਆਪਣਾ 7ਵਾਂ ਔਡਰ, ਅਤੇ ਨਾਲ ਹੀ ਆਪਾਂ ਲੱਗ ਗਈ ਭੁੱਖ, ਕਿਉਂਕਿ ਤੁਹਾਨੂੰ ਪਤਾ ਆਪਾਂ ਸਵੇਰ ਦਾ ਕੁਛ ਨਹੀਂ ਖਾਧਾ, ਤਾਂ ਆਪਾਂ ਇੱਕ 7ਡੇ ਅਤੇ ਇੱਕ ਜੂਸ ਲੈ ਲਿਆ, ਤਾਂ ਇਹ ਪੀਵਾਂਗੇ ਫਿਰ ਆਪਾਂ ਔਡਰ ਚੱਕਾਂਗੇ, ਤਾਂ ਵੀ ਮੈਨੂੰ ਬਹੁਤ ਮਹਿੰਗਾ ਪੈ ਗਿਆ ਇੱਥੇ ਪੈਰੀ ਪਤਾਲ ਤੋਂ ਲਿਆ, ਅਤੇ ਮੈਨੂੰ ਨਹੀਂ ਪਤਾ ਸੀ ਇੰਨਾ ਐਕਸਪੈਂਸਿਵ ਹੋਣਾ, ਇੱਥੇ ਕਈ ਦੁਕਾਨਾਂ 'ਤੇ ਵੱਖ ਵੱਖਰੇ ਰੇਟ ਹੁੰਦੇ ਆ, ਅਤੇ ਮੈਂ ਇਹ ਲਿਆ, ਅਤੇ ਹੁਣ ਖਾ ਪੀ ਕੇ ਅਤੇ ਫਿਰ ਆਪਾਂ ਔਡਰ ਚੱਕਦੇ, ਜਦ ਤੱਕ ਇੱਥੇ ਵੇਟ ਕਰਦੇ ਹਾਂ, ਤਾਂ ਖਾ ਪੀ ਕੇ ਚੱਕ ਲਓ ਫਿਰ ਔਡਰ ਚੱਕਦੇ ਹਾਂ ਪਹਿਲਾਂ ਹੀ।
ਲੋ ਗਾਈਸ ਦੇਰੀ ਨਹੀਂ ਕਰਦੇ ਵੀ ਆਪਾਂ ਤੇਜ਼ ਖਾਣਾ ਖੂਣਾ ਖਾ ਕੇ 7 ਡੇ ਖਾ ਕੇ ਤਾਂ ਚੱਕ ਲਿਆ ਆ ਸੱਤਵਾਂ ਆਰਡਰ ਤਾਂ ਹੀ ਲੱਗ ਕੇ ਦੇਣਾ ਇਹ 1.7 ਕਿਲੋਮੀਟਰ ਅਤੇ 4 ਮਿੰਟ ਦਾ ਰਾਹ ਆ ਤਾਂ ਚਲੋ ਚੱਕ ਕੇ ਦਿੰਦੇ ਹਾਂ ਤਾਂ ਇੱਥੇ ਰਸ਼ ਬੜਾ ਯਾਰ ਬਾਜ਼ ਬੂ ਨਹੀਂ ਪਾਉਂਦੀ ਹੈਗੀ ਬੜਾ ਟ੍ਰੈਫਿਕ ਅੱਜ ਰੋਡ ਬੜਾ ਚੱਲ ਰਹੇ ਆ ਅੱਜ ਤਾਂ ਚਲੋ ਦੇਰੀ ਨਹੀਂ ਕਰਦੇ ਆਰਡਰ ਦਿੰਦੇ ਹਾਂ ਆ ਜਾਓ ਸੋ ਲੋ ਵੀ ਜਿਹੜਾ ਆਪਾਂ 7ਵਾਂ ਆਰਡਰ ਲੈ ਕੇ ਗਏ ਸੀ ਉਸ ਤੋਂ ਬਾਅਦ ਆਪਾਂ ਨੂੰ ਸਿੱਧਾ ਹੀ ਪੈ ਚੁੱਕਾ ਸੀ 8ਵਾਂ ਆਰਡਰ ਅਤੇ ਉਹ 8ਵਾਂ ਆਰਡਰ ਆਪਾਂ ਡਿਲੀਵਰ ਕੀਤਾ ਕਿਉਂਕਿ ਉਹ ਵੀ ਸੇਮ ਜ਼ੋਰ ਪਾਸਦਾ ਸੀ ਸੋ ਫਟਾਫਟ ਉਹਨਾਂ ਦਾ ਰੈਡੀ ਪਿਆ ਸੀ ਕਿਉਂਕਿ ਪਹਿਲਾਂ ਵੀ ਨੰਬਰ ਦੇ ਕੇ ਕਿਸੇ ਨਾਲ ਹੀ ਪਿਆ ਸੀ ਤਾਂ ਉਹੀ ਆਰਡਰ ਬਾਅਦ 'ਚੋਂ ਮੈਨੂੰ ਪੈ ਗਿਆ ਸੋ ਉਹ ਆਪਾਂ ਚੱਕਿਆ ਦੋ ਦੇ ਕੇ 7ਵਾਂ ਆਰਡਰ ਤਾਂ 8ਵਾਂ ਚੱਕ ਕੇ ਤਾਂ ਹੁਣ ਹੀ 8ਵਾਂ ਆਪਾਂ ਡਨ ਕੀਤਾ ਆਰਡਰ ਇੱਥੇ ਤਾਂ ਨਾਲ ਹੀ ਆਪਾਂ ਨੂੰ ਪੈ ਚੁੱਕੇ ਨੇ ਇਕੱਠੇ ਦੋ ਆਰਡਰ ਜੋ ਵੀ ਜ਼ੋਰ ਪਾਸਦੇ ਨੇ ਬਟ ਉਹ ਜ਼ੋਰ ਪਾਸ ਬੇਕਰੀ ਦੇ ਨੇ ਤਾਂ ਉੱਥੇ ਚੱਕਣ ਜਾਣੇ ਹੁਣ ਚਲੋ ਆ ਜਾਓ ਆਪਾਂ ਉੱਥੇ ਆਰਡਰ ਚੱਕਣ ਚੱਲਦੇ ਹਾਂ ਸਲੋ ਗਾਇਸ 2 ਆਰਡਰ ਸੀਗੇ ਤਾਂ ਇੱਕ ਆਪਾਂ ਮੋਹਰੇ ਰੱਖ ਲਿਆ ਕੌਫੀ ਵਾਲਾ ਅਤੇ ਇੱਕ ਰੱਖ ਲਿਆ ਆਪਾਂ ਪਿੱਛੇ ਠੀਕ ਹੈ ਇਹਦੇ ਵਿੱਚ ਬ੍ਰੈਡ ਬਰੂਡ ਜੇ ਆ ਕਿਉਂਕਿ ਆਹ ਦੇਖੋ ਇਹਨਾਂ ਲਿਫਾਫੇ ਵੱਖਰੇ ਵੱਖਰੇ ਲਾਏ ਜੇ ਉੱਦਾਂ ਕੋਈ ਖਾਣ ਪੀਣ ਨੂੰ ਆ ਗਰਮ ਕੀਤਾ ਹੋਇਆ ਤਾਂ ਇਹ 'ਚ ਰੱਖਣਾ ਜੇ ਕੌਫੀਆਂ ਕੂਫੀਆਂ ਤਾਂ ਇਹਨਾਂ ਨੇ ਕਾਇਆ ਦੇ ਲਿਫਾਫੇ ਲਾਏ ਹੋਏ ਵੇਖੋ ਵੀ ਕਿੰਨਾ ਮਤਲਬ ਕਿ ਕਸਟਮਰ ਦਾ ਹੈ ਨਾ ਪੂਰਾ ਧਿਆਨ ਰੱਖਦੇ ਨੇ ਲਿਫਾਫਿਆਂ ਵਿੱਚ ਵੀ ਆਪਣੇ ਇੰਡੀਆ ਵਾਂਗੂ ਨਹੀਂ ਬਸ ਇੱਕੋ ਪਲਾਸਟਿਕ ਜਿਹੇ ਅਤੇ ਬੈਗ ਰੱਖਿਆ ਉੱਚੀ ਪਾ ਦਿੰਦੇ ਨੇ ਇਹ ਬਟ ਇਹ ਨਹੀਂ ਇਹ ਹੈਗੇ ਅਤੇ ਆਪਣੀ ਸਜੂਕੀ ਆ ਕਾਲੇ ਰੰਗ ਦੀ ਠੀਕ ਆ ਅਤੇ ਨਹੀਂ ਟਾਈਮ ਵੇਸਟ ਕਰਦੇ ਇਹ ਵੀ ਆਰਡਰ ਲੈ ਕੇ ਚੱਲਦੇ ਹਾਂ 2 ਆਰਡਰ ਆ ਜੀ ਆ ਜਾਓ ਸੋ ਲੋ ਗਾਇਸ ਜਿਹੜੀ ਪਿੱਛੇ ਬਿਲਡਿੰਗ ਦੀਦੀ ਉਹਦੇ ਵਿੱਚ ਆਪਾਂ ਆਰਡਰ ਡਿਲੀਵਰ ਕਰਤਾ 40 ਨੰਬਰ ਬਿਲਡਿੰਗ ਆ ਇਹ ਜੋ ਕਿ ਨਕੋਸ਼ੀਅਰ ਵਿੱਚ ਆ ਅਤੇ ਤੇਜ਼ੀ ਨਾਲ ਹੁਣ ਆਪਾਂ ਚੱਲਦੇ ਅਗਲਾ ਆਰਡਰ ਲੈ ਕੇ ਜ਼ਿਆਦਾ ਟਾਈਮ ਨਹੀਂ ਵੇਸਟ ਕਰਕੇ ਆ ਜਾਓ ਸੋ ਲੋ ਗਾਇਸ ਵੱਜ ਚੁੱਕੇ ਨੇ 11 ਅਤੇ ਘੰਟਾ ਰਹਿ ਗਿਆ ਆਪਣੀ ਸ਼ਿਫਟ ਨੂੰ ਤਾਂ ਹੁਣ ਹੀ ਆਪਾਂ 10ਵਾਂ ਆਰਡਰ ਡਨ ਕਰ ਦਿੱਤਾ ਜਿਹੜੇ ਇਕੱਠੇ 2 ਪਏ ਸੀ ਤਾਂ ਇੱਕ ਆ ਪਿਛਲੀ ਬਿਲਡਿੰਗ 'ਚ ਦਿੱਤਾ ਆ ਤਾਂ ਰਿਸ਼ਤੇਦਾਰ ਦੇ ਕਸਟਮਰ ਨੇ ਟਿਪ ਦਿੱਤੀ ਸੀ ਆਪਾਂ ਨੂੰ 1 ਯੂਰੋ ਤਾਂ ਉਹ ਤੋਂ ਮੈਨੂੰ ਯਾਦ ਆਵੇ ਬਾਈ ਦਾ ਕਮੈਂਟ ਆਈ ਬਾਈ ਟਿਪ ਕਿੰਨੀ ਬਣ ਜਾਂਦੀ ਯਾਰ ਇਹ ਤਾਂ ਕਿਸਮਤ ਆ ਵੀ ਕੋਈ ਨਹੀਂ ਡਿਪੈਂਡ ਕਈ ਵਾਰ ਇੱਕ ਯੂਰੋ ਵੀ ਨਹੀਂ ਮਿਲਦਾ ਕਈ ਵਾਰ 5 ਯੂਰੋ 6 ਯੂਰੋ ਬਣ ਜਾਂਦੀ ਹੈ ਬਾਈ ਕਿਸਮਤ ਇਹ ਨਹੀਂ ਵੀ ਰੂਮ ਜੀ ਬਣ ਜਾਂਦੀ ਆ ਬਟ ਆਪਾਂ ਗੱਲ ਕਰੀਏ ਤਾਂ ਟੂਰਿਸਟ ਦੀ ਅਗਰ ਆਪਾਂ ਆਏ ਨੱਪਾ ਜਾਂ ਵਾਪਸ ਕੰਮ ਕਰਦੇ ਹਾਂ ਤਾਂ ਉੱਧਰ ਟਿੱਪਾਂ ਟੁੱਪਾਂ ਵਾਧੂ ਬਣ ਜਾਂਦੀਆਂ ਨੇ ਉੱਧਰ ਮਤਲਬ ਟੂਰਿਸਟ ਆਉਂਦੇ ਨੇ ਜਿੱਦਾਂ ਦੂਰੋਂ ਆਉਂਦੇ ਜਰਮਨ ਫਰਾਂਸ ਇੰਗਲੈਂਡ ਤੋਂ ਬੰਦੇ ਆਉਂਦੇ ਨੇ ਉਹ ਖੁਸ਼ੀ ਨਾਮੇ ਨਾਲ ਜ਼ਿਆਦਾ ਦੇ ਦਿੰਦੇ ਕਿਉਂਕਿ ਇੱਥੋਂ ਦੇ ਆ ਤਾਂ ਇਹਨਾਂ ਨੂੰ ਆਦਤ ਪੈ ਚੁੱਕੀ ਆਰਡਰ ਲੈਣ ਦੀ ਠੀਕ ਆ ਤਾਂ ਇਹ ਘੱਟ ਵੱਧ ਹੀ ਟਿੱਪ ਦਿੰਦੇ ਨੇ ਬਾਕੀ ਦੇ ਦਿੰਦੇ ਨੇ ਤਾਂ ਇੱਦਾਂ ਵੀ ਕਿਸਮਤ 'ਤੇ ਕਦੀ ਜ਼ਿਆਦਾ ਬਣ ਜਾਂਦੀ ਕਦੀ ਨਹੀਂ ਵੀ ਬਣਦੀ ਕਦੀ ਘੱਟ ਬਣ ਜਾਂਦੀ ਤਾਂ ਤੇ ਨਹੀਂ ਕਰਦੇ ਵੀ ਚਲੋ ਆ ਜਾਓ ਆਪਾਂ ਅਗਲਾ ਆਰਡਰ ਏ ਤਾਂ ਹਾਲੇ ਆਰਡਰ ਰੈਡੀ ਨਹੀਂ ਹੈਗਾ ਤਾਂ ਹਾਲੇ ਰੈਡੀ ਹੋਣ ਨੂੰ ਟਾਈਮ ਲੱਗਣਾ ਤਾਂ ਇੱਥੋਂ ਬੜੇ ਆਰਡਰ ਚੱਕੇ ਆਪਾਂ ਫਿਰ ਇੱਥੋਂ ਰੈਸਟੋਰੈਂਟ ਦਾ ਆਰਡਰ ਪੈ ਗਿਆ ਬੜੀ ਵਾਰ ਵੀਡੀਓ 'ਚ ਆ ਚੁੱਕਾ ਕਰਮ ਭਾਗਾਂ ਵਾਲਾ ਰੈਸਟੋਰੈਂਟ ਆ ਇਹ ਤਾਂ 2 ਆਰਡਰ ਨੇ ਇੱਥੋਂ ਇਕੱਠੇ 2-2 ਆਰਡਰ ਪੈਣ ਡੇ ਮੇਰੇ ਵੀਡੀਓ ਕਹਿੰਦੇ ਮਲਟੀ ਆਰਡਰ ਤਾਂ ਫੂਡੀ 'ਚ ਜੇਕਰ ਕੰਮ ਕਰਦੇ ਹਾਂ ਤਾਂ ਇਹਦੇ ਵਿੱਚ ਇਹ ਹਿਸਾਬ ਆ ਵੀ ਤੁਹਾਨੂੰ ਇੱਕੋ ਰੈਸਟੋਰੈਂਟ ਤੋਂ 2 ਆਰਡਰ ਚੱਕਣੇ ਪੈਣੇ ਇਹ ਨਹੀਂ ਵੀ ਇੱਕ ਆਰਡਰ ਇਕੱਠੇ ਪੈਣੇ ਇੱਕ ਆਰਡਰ ਉਹ ਰੈਸਟੋਰੈਂਟ ਤੋਂ ਇੱਕ ਆਰਡਰ ਉਹ ਐਂ ਨਹੀਂ ਹੈਗਾ ਜੇ ਆਰਡਰ ਪੈਂਦਾ ਤਾਂ ਇੱਕੋ ਰੈਸਟੋਰੈਂਟ ਤੋਂ 2 ਚੱਕਣੇ ਪੈਂਦੇ ਨੇ ਇੱਦਾਂ ਹਿਸਾਬ ਕਿਤਾਬ ਆ ਕੋਈ ਵੱਧ ਦੁਖੀ ਦੁੱਖ ਸੁੱਖ ਨਹੀਂ ਇਹਦੇ ਵਿੱਚ ਕਰਨਾ ਪੈਂਦਾ ਤਾਂ ਗਾਇਸ ਐਂ ਵੀ ਹੁੰਦਾ ਆ ਤਾਂ ਵੀ ਆਪਾਂ ਆਰਡਰ ਲੈ ਕੇ ਚੱਲੇ ਸੀਗੇ ਵੀ ਲੋਕੇਸ਼ਨ ਉਹਨਾਂ ਨੇ ਮਾਮਿਆਂ ਨੇ ਇੱਥੋਂ ਨਹੀਂ ਪਾਈ ਹੋਊਗੀ ਸੜਕ ਦੀ ਚੈੱਕ ਕਰੋ ਅਤੇ ਆਰਡਰ ਹਲੇ ਹੈਗਾ 2.4 ਕਿਲੋਮੀਟਰ ਹੋਰ ਦੂਰ ਇੱਥੇ ਐਂ ਟਾਈਮ ਖਰਾਬ ਹੁੰਦਾ ਆ ਵੀ ਲੋਕੇਸ਼ਨ ਗਲਤ ਪਾਈ ਹੋਈ ਆ ਅਤੇ ਆਰਡਰ ਹੁਣ ਹੋਰ ਦੇਣ ਜਾਣਾ ਪੈਣਾ ਦੂਰ ਇੱਥੋਂ ਠੀਕ ਆ ਤਾਂ ਐਂ ਬਹੁਤ ਹੁੰਦਾ ਫੂਡ 'ਚ ਵੀ ਕਈ ਵਾਰੀ ਐਂ ਹੁੰਦਾ ਵੀ ਕਸਟਮਰ ਨੂੰ ਆਪਣੀ ਲੋਕੇਸ਼ਨ ਨਹੀਂ ਮਾਮੇ ਨੂੰ ਪਤਾ ਹੁੰਦੀ ਹੁਣ ਮੈਪ ਤੋਂ ਦੁਬਾਰਾ ਲੋਕੇਸ਼ਨ ਲਾ ਕੇ ਤਾਂ ਦੇਖਣੀ ਪੈਂਦੀ ਨਵੀਂ ਨੂੰ ਇਹ ਬਸ ਦਿੱਕਤ ਆਉਂਦੀ ਵੀ ਜਦੋਂ ਗਲਤ ਐਡਰੈਸ ਆ ਜਾਵੇ ਤਾਂ ਉਲਝ ਜਾਂਦਾ ਘੰਟਾ ਇੱਕ ਲੱਭਣ ਨੂੰ ਲਾ ਦਿੰਦੇ ਨੇ ਆਪਣੇ ਵਾਰ ਵੀ ਬਹੁਤ ਇੱਦਾਂ ਦੀ ਹੋਈ ਆ ਤਾਂ ਟਾਈਮ ਨਹੀਂ ਖਰਾਬ ਕਰਦੇ ਹੋਏ 11:40 'ਤੇ ਆਰਡਰ ਡਿਲੀਵਰ ਹੋਣਾ ਅਤੇ ਆ ਜਾਓ ਚੱਲੀਏ ਕਿਉਂਕਿ 20 ਮਿੰਟ ਰਹਿ ਗਏ ਆਪਣੀ ਸ਼ਿਫਟ ਨੂੰ ਭਾਈ ਆਪਾਂ ਲੱਗ ਚੁੱਕੀ ਸੀ ਪਾਣੀ ਦੀ ਪਿਆਸ ਤਾਂ ਸਟਾਰਬਕਸ ਦਾ ਲਾਸਟ ਆਰਡਰ ਸੀਗਾ ਸੋ ਮੈਂ ਕਿਹਾ ਵੀ ਚਲੋ ਥੋੜ੍ਹਾ ਪਾਣੀ ਪੂਣੀ ਪੀ ਲਿਆ ਆਪਾਂ ਆਰਡਰ ਚੱਕਣ ਚੱਲੇ ਹਾਂ ਤਾਂ ਪਾਣੀ ਪੂਣੀ ਪੀ ਗਏ ਲਓ ਬਈ ਪਾਣੀ ਦੀ ਬੋਤਲ ਲੈ ਕੇ ਤਾਂ ਆਪਾਂ ਥੋੜ੍ਹਾ ਜਿਹਾ ਪਾਣੀ ਪੀ ਲਿਆ ਤਾਂ ਐਨਰਜੀ ਆ ਗਈ ਹੈ ਤਾਂ ਹੁਣ ਆਪਾਂ ਲਾਸਟ ਆਰਡਰ ਆਪਣਾ ਚੱਕ ਕੇ ਦੇਣ ਚੱਲੀਏ ਆ ਜਾਓ
ਵੀ ਬਹੁਤ ਲਗਜ਼ਰੀ ਆਰਡਰ ਚੱਕ ਰਿਹਾ ਆਪਾਂ ਸਟਾਰਬਕਸ ਦਾ ਇੰਟਰਨੈਸ਼ਨਲ ਜੋ ਬ੍ਰੈਂਡ ਹੈ ਠੀਕ ਆ ਚੈੱਕ ਕਰੋ ਆਹ ਸਟਾਰਬਕਸ ਦੇ ਆਲੇ ਦੁਆਲੇ ਦਾ ਮਾਹੌਲ ਆ ਠੀਕ ਆ ਅਤੇ ਆਹ ਸਟਾਰਬਕਸ ਇੱਥੋਂ ਆਪਾਂ ਆਰਡਰ ਚੱਕੇ ਤਾਂ ਆਹ ਆਪਣੇ ਸਜੂਕੇ ਇਹਦੇ ਨਾਂ ਦੀ ਕੋਈ ਰੀਸ ਹੈ ਨਹੀਂ ਗੀ ਇਹ ਰੀਜ ਕਹਿੰਦੇ ਆਪਾਂ ਨੂੰ ਬੜਾ ਖਿਲਾਇਆ ਪਿਲਾਇਆ ਤਾਂ ਲਾਸਟ ਆਰਡਰ ਆਪਣਾ ਪਾ ਗਏ ਵਿੱਚ ਅਤੇ ਚਲੋ ਦੇਣ ਚੱਲੀਏ ਰੱਬ ਦਾ ਨਾਂ ਲੈ ਕੇ ਆ ਜਾਓ ਸੋ ਲੋ ਗਾਈਸ ਆਪਾਂ ਲਾਸਟ ਆਰਡਰ ਦੇ ਚੁੱਕਾ ਤਾਂ ਪੂਰੇ ਵੱਜ ਚੁੱਕੇ ਨੇ 12 ਆਪਾਂ 12 ਵਜੇ ਪੂਰੇ ਫ੍ਰੀ ਹੋ ਚੁੱਕੇ ਨੇ ਦੇਖੋ ਵੀ ਜੇ ਪੂਰਾ ਟਾਈਮ ਹੋ ਜਾਵੇ ਤਾਂ ਆਰਡਰ ਆਪਾਂ ਡਿਲੀਵਰ ਕੀਤਾ ਹੋਵੇ ਨਾ ਕੰਮ ਵੱਧ ਕਰਾਉਂਦੇ ਨੇ ਠੀਕ ਆ ਨਾ ਘੱਟ ਕਰਾਉਂਦੇ ਨੇ ਪੂਰੇ ਟਾਈਮ 'ਤੇ ਛੱਡ ਦਿੰਦੇ ਨੇ ਵੀ ਇਹ ਨਹੀਂ ਵੀ ਕੀ ਤੁਹਾਨੂੰ ਇੰਨਾ ਟਾਈਮ ਦੱਸਿਆ ਤਾਂ ਉਸ ਤੋਂ ਬਾਅਦ ਕੰਮ ਕਰਨੇ ਪੈਂਦਾ ਇੱਦਾਂ ਦਾ ਕੋਈ ਸਿਸਟਮ ਨਹੀਂ ਹੈਗਾ ਫੂਡੀ 'ਚ ਔਨਲਾਈਨ ਜਦੋਂ ਤੁਸੀਂ ਕੰਮ ਕਰਦੇ ਕੋਈ ਚੱਕਰ ਨਹੀਂ ਹੈਗਾ ਨਜ਼ਾਰੇ ਨਾਲ ਤੁਸੀਂ ਆਪਣੇ ਵਿਹਲਾ ਹੋਏ ਘਰ ਜਾ ਸਕਦੇ ਕੋਈ ਸਾਫ਼ ਸਫਾਈ ਨਹੀਂ ਬਾਅਦ 'ਚੋਂ ਕਲੋਜ਼ਿੰਗ ਆਫ ਦਾ ਕੋਈ ਚੱਕਰ ਨਹੀਂ ਹੈਗਾ ਹੁਣ ਆਪਣਾ ਆਰਡਰ ਗੋਮੀ 'ਚ ਖਤਮ ਹੋ ਗਿਆ ਹੁਣ ਸਿੱਧੇ ਹੀ ਆਪਾਂ ਘਰ ਨੂੰ ਹੀ ਜਾਣਾ ਆ ਠੀਕ ਆ ਅਤੇ ਜੇ ਪੇਮੈਂਟ ਦੀ ਗੱਲ ਕਰੀਏ ਤਾਂ 50 ਦੇ ਲਾਗੇ ਛੱਡ ਕੇ ਆਪਣਾ ਕੰਮ ਹੋ ਗਿਆ ਬਾਕੀ ਸ਼ਾਮ ਨੂੰ ਦੇਖਾਂਗੇ ਅਤੇ ਸ਼ਿਫਟ ਹੋਈ ਤਾਂ ਅਤੇ ਆਪਣਾ ਅੱਜ ਦਾ ਵਲੌਗ ਇੱਥੇ ਖਤਮ ਹੁੰਦਾ ਵਾ ਤੁਹਾਨੂੰ ਮਿਲਦੇ ਹਾਂ ਨਵੇਂ ਵਲੌਗ 'ਚ ਥੈਂਕ ਯੂ ਪੂਰੀ ਵੀਡੀਓ ਦੇਖਣ ਨੂੰ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਤਾਂ ਇੰਸਟਾਗ੍ਰਾਮ 'ਤੇ ਮੈਨੂੰ ਕਈ ਵੀਰਾਂ ਦੇ ਮੈਸੇਜ ਆਏ ਤਾਂ ਸੌਰੀ ਉਹਦਾ ਰਿਪਲਾਈ ਨਹੀਂ ਹੋ ਸਕਿਆ ਉਹਦਾ ਕਾਰਨ ਇਹ ਹੈ ਵੀ ਮੇਰੀ ਜਿਹੜੀ ਆਈ ਡੀ ਆ ਉਹ 3 ਦਿਨਾਂ ਲਈ ਬੈਨ ਹੋ ਚੁੱਕੀ ਆ ਤਾਂ ਅੱਜ ਦੂਜਾ ਦਿਨ ਆ ਤਾਂ ਅਗਲੇ ਦਿਨ ਮੇਬੀ ਪਰਸਨ ਵੀਰ ਬੁੱਧਵਾਰ ਨੂੰ ਫਿਰ ਜਾ ਕੇ ਮਤਲਬ ਕਿ ਆਈ ਡੀ ਮੇਰੀ ਖੁੱਲੂਗੀ ਵੀਰਵਾਰ ਜਾਂ ਬੁੱਧਵਾਰ ਤਾਂ ਫਿਰ ਮੈਂ ਤੁਹਾਡੇ ਮੈਸੇਜਾਂ ਦਾ ਜ਼ਰੂਰ ਰਿਪਲਾਈ ਕਰੂੰਗਾ ਤਾਂ ਆਪਣੀ ਅੱਜ ਦੀ ਵੀਡੀਓ ਇੱਥੇ ਖਤਮ ਹੁੰਦੀ ਹੈ ਮਿਲਦੇ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ 'ਚ ਧੰਨਵਾਦ